ਸਾਰੀ ਰਾਤ ਗੋਣਾ 8-8 ਘੰਟੇ ਗੋਣਾ ਕਵਾਲੀ ਵਾਲਿਆਂ ਨਾਲ ਤਾੜੀਆਂ ਵੀ ਪਾਉਣੀਆਂ ਔਰ ਮੈਨੂੰ ਪੁੱਛਣਾ ਕਰਦਨੇ ਵੀ ਬੇਟਾ ਤੂੰ 150 ਰੁਪਏ ਘਰੋਂ ਲੈ ਕੇ ਗਿਆ ਔਰ 150 ਰੁਪਏ ਹੀ ਲੈ ਕੇ ਆਇਆ ਇੱਕ ਮੈਨੂੰ ਐਸਾ ਇਨਸਾਨ ਮਿਲਿਆ ਜੋ ਕਹਿੰਦਾ ਸੀ ਮੈਂ ਤੈਨੂੰ ਹਣੀ ਸਿੰਘ ਦੇ ਬਰਾਬਰ ਖੜਾ ਦੂੰ ਉਹਨੇ ਮੇਰੇ ਨਾਲ ਕਰ ਕਰਾ ਕੇ ਜੀ 5 ਸਾਲ ਦਾ ਐਗਰੀਮੈਂਟ ਕਰ ਲਿਆ ਮੈਨੂੰ ਐਸਐਚਓ ਦਾ ਫੋਨ ਆਇਆ ਐਸਐਚਓ ਦਾ ਕਹਿਣਾ ਸੀ ਵੀ ਤੂੰ ਜਿਹੜੇ ਇਹਨਾਂ ਦੇ ਪੈਸੇ ਲੱਗੇ ਉਹ ਵਾਪਿਸ ਕਰ ਦੇ ਉਹ ਕਾਰ ਨਹੀਂ ਸੀ ਵੀ ਹੁਣੇ ਮੇਰੇ ਖਾਲੀ ਪੰਨੇ ਤੇ ਸਾਈਨ ਕਰਵਾਏ ਹੋਏ ਸੀ ਇੱਕ ਜਦੋਂ ਐਗਰੀਮੈਂਟ ਸਾਈਨ ਕਰਦੇ ਹੋ ਖਾਲੀ ਪੰਨੇ ਤੇ ਸਾਈਨ ਕਰ ਉਹਦੇ ਉੱਤੇ ਉਹਨੇ ਸਟੈਂਪ ਲਵਾ ਕੇ ਭਰਾ ਹੋਇਆ ਸੀ ਕਿ 4.5 ਲੱਖ ਰੁਪਏ ਮੇਰੇ ਤੋਂ ਨਗਦ ਲੈ ਕੇ ਗਿਆ ਅਸ਼ਿਕਾ ਜੀ ਨਮਸਕਾਰ ਆਦਾਬ ਮੈਂ ਤੋਂ ਦਰਫ ਸੁਲਮਾਨ ਤੇ ਮੈਂ ਆਪਣੀ ਕੁਝ ਜ਼ਿੰਦਗੀ ਦੇ ਪੰਨੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ ਮੇਰਾ ਬਚਪਨ ਕੁਝ ਐਦਾ ਸੀ ਵੀ ਮੈਂ 4 ਸਾਲ ਦਾ ਸੀ ਜਦੋਂ ਮੇਰੇ ਮੈਨੂੰ ਜ਼ਿੰਦਗੀ ਦੇ ਵਿੱਚ ਸੁਰਤ ਆਈ ਇੱਕ 4 ਸਾਲ ਦੇ ਬੱਚੇ ਨੂੰ ਪਤਾ ਲੱਗਦਾ ਵੀ ਆਹ ਜ਼ਿੰਦਗੀ ਆਹ ਲੋਗ ਨੇ ਆ ਦੁਨੀਆ ਨੇ ਜਦੋਂ ਮੇਰੇ ਬਚਪਨ ਸ਼ੁਰੂ ਹੋਣਾ ਸੀ ਉਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਇੱਕ ਜਿਹੜਾ ਜ਼ਿੰਦਗੀ ਦਾ ਸਹਾਰਾ ਬਣਦਾ ਬਾਪੂ ਜਿਹਨੂੰ ਆਪਣਾ ਪਿਓ ਜਿਹੜਾ ਖੇਡਣਾ ਸਿਖਾਉਂਦਾ ਪਾਲਣਾ ਸਿਖਾਉਂਦਾ ਜੀ ਤੋਂ ਆਪਾਂ ਨੂੰ ਪੋਕਟ ਮਨੀ ਵਾਸਤੇ ਜਾਂ ਕੁਝ ਆਸ ਹੁੰਦੀ ਹੈ ਜਦੋਂ ਜ਼ਿੰਦਗੀ ਦੇ ਵਿੱਚ ਉਹ ਹੀ ਨਾ ਰਹੇ ਉਹ ਜ਼ਿੰਦਗੀ ਕੀ ਰਹਿ ਜਾਂਦੀ ਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸਭ ਤੋਂ ਵੱਡਾ ਜ਼ਿੰਦਗੀ ਦਾ ਮੈਨੂੰ ਦੁੱਖ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਇਹੀ ਐ ਵੀ ਜੇ ਅੱਜ ਉਹ ਮੇਰੇ ਵਿੱਚ ਹੁੰਦੇ ਪਤਾ ਨਹੀਂ ਮੈਂ ਕੀ ਹੋਣਾ ਸੀ ਉਸ ਤੋਂ ਬਾਅਦ ਮੈਂ ਕਦੇ ਨਾਨਕੇ ਕਦੇ ਦਾਦਕੇ ਕਦੇ ਨਾਨਕੇ ਕਦੇ ਦਾਦਕੇ ਮੈਂ ਐਦਾ ਹੀ ਰਹਾ ਐਦਾ ਹੀ ਰੁਲ ਖੁਲ ਕੇ ਭਰ ਲਿਆ ਕਦੇ ਮਾਸੀ ਕੋਲੇ ਚੱਲ ਗਿਆ ਮੈਨੂੰ ਨਾਨਕੇ ਵੀ ਵਧੀਆ ਸਪੋਰਟ ਕਰਦੇ ਸੀ ਐਦਾ ਦੀ ਗੱਲ ਨਹੀਂ ਦਾਦਕੇ ਵੀ ਕਰਦੇ ਸੀ ਪਰ ਜੋ ਇੱਕ ਪਿਓ ਦਾ ਸਾਥ ਹੁੰਦਾ ਉਹ ਨਹੀਂ ਮੈਨੂੰ ਜ਼ਿੰਦਗੀ ਦੇ ਵਿੱਚ ਮਿਲਿਆ ਤਾਂ ਮੇਰੀ ਮੰਮੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਮੰਮੀ ਡਿਪਰੈਸ਼ਨ ਦੇ ਹੋਣ ਕਰਕੇ ਮੇਰਾ ਜੋ ਪਾਲ ਪੋਸ਼ਣਾ ਉਹ ਮੇਰੀ ਨਾਨੀ ਨੇ ਕੀਤਾ ਮੈਂ ਕਾਫੀ ਟਾਈਮ ਆਪਣੇ ਨਾਨਕੇ ਰਿਹਾ ਜੀ 9 ਸਾਲ ਉੱਥੇ ਮੈਂ ਪੜਿਆ ਵੀ ਪਰ ਮੇਰੀ ਉਹ ਜ਼ਿੰਦਗੀ ਨਹੀਂ ਸੀਗੀ ਕਿਉਂਕਿ ਮੇਰੀ ਮੰਮੀ ਇੱਕ ਕੋਨੇ ਦੇ ਵਿੱਚ ਕਹਿੰਦੀ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਰਹਿਣਾ ਉਸ ਚੀਜ਼ ਨੂੰ ਲੈ ਕੇ ਮੇਰੀ ਮੰਮੀ ਦੀ ਏਜ ਬੜੀ ਛੋਟੀ ਸੀ ਉਸ ਟਾਈਮ ਉਹਨਾਂ ਦੀ 20 ਦੀ ਏਜ ਸੀ ਜਦੋਂ ਮੇਰੇ ਫਾਦਰ ਸਾਹਿਬ ਗੁਜ਼ਰੇ 18 ਸਾਲ ਦੀ ਦਾ ਵਿਆਹ ਕਰਤਾ ਸੀ ਔਰ ਜੀਦੋਂ ਸੋਚੋ ਵੀ ਜਿਹੜਾ 20 ਸਾਲ ਦਾ ਜਿਹਦਾ ਪਤੀ ਮਰ ਜੇ ਉਹਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਉਹਦੇ ਤੇ ਕੀ ਬੀਤੇਗੀ ਮੇਰੀ ਮੰਮੀ ਇਨੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਮੈਂ ਵੀ ਉਹ ਚੀਜ਼ ਦੇਖ ਰਿਹਾ ਸੀ ਚਾਹੇ ਮੈਂ 5-6 ਸਾਲ ਦਾ ਸੀ ਪਰ ਮੈਂ ਉਹ ਚੀਜ਼ ਦੇਖਦਾ ਸੀ ਮੈਂ ਫੀਲ ਕਰਦਾ ਸੀ ਵੀ ਲੋਕਾਂ ਨੇ ਕਹਿਣਾ ਮੇਰੇ ਨਾਨਕੇ ਆਣੇ ਕਹਿਣਾ ਸੌਰੀ ਮੇਰੇ ਦਾਦਕੇ ਆਣੇ ਕਹਿਣਾ ਜਾਂ ਆਸ-ਪਾਸ ਨੇ ਕਹਿਣਾ ਵੀ ਇਹਦਾ ਵਿਆਹ ਕਰ ਦਿਓ ਜਾਂ ਕਿਤੇ ਵਿਆਹ ਦਿਓ ਤੁਹਾਡੀ ਕੁੜੀ ਨੂੰ ਮੁੰਡੇ ਨੂੰ ਤੁਸੀਂ ਪਾਲੋ ਬਟ ਮੇਰੀ ਮੰਮੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਉਹਨਾਂ ਨੇ ਉਹ ਚੀਜ਼ ਨੂੰ ਫੀਲ ਕੀਤਾ ਮੈਨੂੰ ਉਸ ਬੁਰੇ ਵਕਤ ਦੇ ਵਿੱਚ ਉਹਨਾਂ ਨੇ ਮੈਨੂੰ ਪਾਲਿਆ ਮੇਰੀ ਨਾਨੀ ਜੀ ਨੇ ਮੈਨੂੰ ਬਹੁਤ ਚਾਹਾਂ ਨਾਲ ਲਾਡਾਂ ਨਾਲ ਪਾਲਿਆ ਕੁਝ ਲੋਕ ਵਿੱਚ ਇਦਾਂ ਦੇ ਵੀ ਸੀ ਵੀ ਤੂੰ ਅਸੀਂ ਇਹਨਾਂ ਨੂੰ ਕਿਉਂ ਰੱਖਿਆ ਹੋਇਆ ਕੋਲੇ ਤੁਸੀਂ ਫਾਲਤੂ ਦੇ ਪਾਲ ਰਹੇ ਹੋ ਤੁਹਾਡੇ ਦੋ ਤੇ ਹਰਾਮਖੋਰ ਹੁੰਦੇ ਜਿਹਨੂੰ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ ਇਦਾਂ ਦਾ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਕਹਿਣਾ ਜਦੋਂ ਮੈਨੂੰ 6-7 ਸਾਲ ਦੇ ਨੂੰ ਸੁਰਤ ਆਈ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਪਤਾ ਲੱਗਿਆ ਵੀ ਆਹ ਦੁਨੀਆਦਾਰੀ ਐ ਮੇਰਾ ਸਟੱਡੀ ਦੇ ਵਿੱਚ ਬੜਾ ਖਿਆਲ ਸੀ ਪਰ ਜਿਹੜਾ ਗਾਇਕੀ ਦਾ ਸ਼ੌਂਕ ਹੈ ਜੋ ਮੈਂ ਅੱਜ ਤੁਹਾਨੂੰ ਦੱਸਣਾ ਜਾ ਰਿਹਾ ਮੈਨੂੰ ਸਿੰਗਿੰਗ ਦਾ ਬੜਾ ਸ਼ੌਂਕ ਸੀ ਮੈਂ ਸਿੰਗਿੰਗ ਸ਼ੁਰੂ ਕਰਤੀ ਸੀ 5-6 ਸਾਲ ਦੀ ਮੈਂ ਗਾਉਣਾ ਜਾ ਕੇ ਸਟੇਜਾਂ ਦੇ ਉੱਤੇ ਜਿੱਥੇ ਵੀ ਮੈਨੂੰ ਟਾਈਮ ਮਿਲ ਜਾਣਾ ਮੈਨੂੰ ਕਿਤੇ ਮੇਲੇ ਤੇ ਜਾਣਾ ਕਿਤੇ ਸੱਸੰਗ ਤੇ ਜਾਣਾ ਤਾਂ ਮੈਨੂੰ ਕਹਿ ਦੇਣਾ ਵੀ ਤੁਸੀਂ ਇੱਕ ਅਦਾ ਸ਼ਬਦ ਬੋਲ ਦਿਓ ਜਾਂ ਗੀਤ ਗਾ ਦਿਓ ਮੈਂ ਉਦਾਂ ਦਾ ਗਾ ਉਸ ਦਾ ਮਾਹੌਲ ਦੇ ਕੇ ਮੈਂ ਇੱਕ ਦੋ ਪੈਰੇ ਗਾ ਦੇਣੇ ਉਸ ਤੋਂ ਬਾਅਦ ਮੈਂ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦਾ ਕਰਦਾ ਮੈਂ 10 ਸਾਲ ਦਾ ਹੋ ਗਿਆ ਜਦੋਂ ਮੈਨੂੰ ਹੋਰ ਦੁਨੀਆਦਾਰੀ ਬਾਰੇ ਪਤਾ ਲੱਗਿਆ ਜਦੋਂ ਮੈਂ 10 ਸਾਲ ਦਾ ਹੋਇਆ ਕੁਝ ਫਿਰ ਇੱਕ ਐਸਾ ਮੋੜ ਆਇਆ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੇਰੀ ਜ਼ਿੰਦਗੀ ਦੇ ਵਿੱਚ ਐਸਾ ਮੋੜ ਆਇਆ ਵੀ ਮੈਨੂੰ ਆਪਣੇ ਪਿੰਡ ਵਾਪਸ ਜਾਣਾ ਪੈਗਾ ਦਾਦਕੇ ਕਉਗੀ ਘਰੇ ਸਾਡੇ ਮੇਰੇ ਨਾਨਕੇ ਕੁਝ ਐਸੀ ਗੱਲ ਹੋ ਗਈ ਮੇਰੇ ਮਾਮਾ ਜੀ ਗੁজার ਗਏ ਸੀਗੇ ਤੇ ਜਦੋਂ ਮੈਂ ਆਪਣੇ ਪਿੰਡ ਵਾਪਸ ਗਿਆ ਜੀ ਤਾਂ ਉੱਥੋਂ ਮੈਂ ਆਪਣਾ ਫੇਸ ਸਟਰਗਲ ਸ਼ੁਰੂ ਕੀਤਾ ਉੱਥੇ ਮੇਰੇ ਦਾਦਕਿਆਂ ਦੇ ਘਰੇ ਮੈਂ ਕਾਫੀ ਟਾਈਮ 8 ਤੋਂ 9 ਸਾਲ ਪਸ਼ੂ ਪਾਲੇ ਯਕੀਨ ਮੰਨੋ ਮੈਂ ਇੱਕ ਕਲਾਕਾਰ ਸੀਗਾ ਤੇ ਮੈਂ ਪੱਠੇ ਵੱਢਣੇ ਪੱਠੇ ਖੋਤਣੇ ਪਸ਼ੂਆਂ ਨੂੰ ਪਾਉਣੇ ਇਹ ਮੇਰਾ ਮੇਰਾ ਕੰਮ ਨਹੀਂ ਸੀਗਾ ਇਹ ਕਿਉਂਕਿ ਮੈਂ ਤਾਂ ਇੱਕ ਸਿੰਗਰ ਸੀ ਨਾ ਤੇ ਮੈਨੂੰ ਮੇਰੇ ਮੇਰਾ ਥੌਟ ਸੀ ਮੈਂ ਸਿੰਗਰ ਬਣਾ ਪਰ ਮੈਨੂੰ ਉਹਨਾਂ ਨੇ ਕਹਿਣਾ ਵੀ ਯਾਰ ਸਿੰਗਰ ਬਣ ਕੇ ਕੀ ਕਰੇਗਾ ਕੋਈ ਲੱਕੜ ਦਾ ਕੰਮ ਸਿੱਖ ਲਾ ਕੋਈ ਕਟਿੰਗ ਦਾ ਕੰਮ ਸਿੱਖ ਲਾ ਜਿੱਦਾਂ ਸਲੂਨ ਦੇ ਅੱਜਕੱਲ ਦਾ ਸਲੂਨ ਚੱਲ ਪਿਆ ਪਹਿਲਾਂ ਕਟਿੰਗ ਹੀ ਕਹਿੰਦੇ ਹੁੰਦੇ ਸੀਗੇ ਵਾਲ ਕੱਟਣ ਦਾ ਕੰਮ ਸਿੱਖ ਲਓ ਜਾਂ ਕੁਝ ਐਦਾਂ ਇਦਾਂ ਦੀਆਂ ਮੈਂ ਬੜਾ ਮੈਂ ਡਿਪਰੈਸ਼ਨ ਚ ਹੋ ਜਾਣਾ ਵੀ ਮੈਂ ਕੀ ਕਰੂੰਗਾ ਕਿਉਂਕਿ ਮੈਡੀਕਲ ਦੇ ਵਿੱਚ ਮੈਨੂੰ ਉਹਨਾਂ ਨੇ ਬਿਠਾ ਦੇਣਾ ਵੀ ਡਾਕਟਰੀ ਕਰ ਲੈ ਤੂੰ ਮੈਡੀਕਲ ਦਾ ਕੰਮ ਸਿੱਖ ਲੈ ਮੇਰਾ ਉਧਰ ਦਿਮਾਗ ਨਹੀਂ ਸੀਗਾ ਉਸ ਤੋਂ ਬਾਅਦ ਮੈਂ ਕਰਦਾ ਕਰਦਾ ਮੈਂ ਜਾਣਾ ਸ਼ੁਰੂ ਕਰਤਾ ਜੀ ਕਵਾਲੀ ਵਾਲਿਆਂ ਨਾਲ ਜਦੋਂ ਮੈਂ ਸ਼ੁਰੂ ਕੀਤਾ ਜਾਣਾ ਵੀ ਮੈਂ ਪਰਸਨਲ ਹੀ ਗਾਵਾ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਨੂੰ ਇੱਕ 150 ਰੁਪਏ ਮਿਲਦਾ ਸੀ ਘਰੋਂ ਵੀ ਮੈਂ 150 ਰੁਪਏ ਲੈ ਕੇ ਜਾਣਾ ਤੇ ਉਥੋਂ ਵੀ ਮੈਨੂੰ 150 ਰੁਪਏ ਮਿਲਣਾ ਔਰ ਮੈਨੂੰ ਪੁੱਛਣਾ ਕਰ ਦੇਣਾ ਵੀ ਬੇਟਾ ਤੂੰ 150 ਰੁਪਏ ਘਰੋਂ ਲੈ ਕੇ ਗਿਆ ਔਰ 150 ਰੁਪਏ ਲੈ ਕੇ ਆਇਆ 100 ਰੁਪਏ ਦਾ ਸੀ ਤੇਲਪੋ ਆ ਲੈਣਾ ਜੀ 50 ਰੁਪਏ ਮੈਂ ਖਾ ਲੈਣੇ ਵੀ ਉਹ ਇਦਾਂ ਦਾ ਸਟੱਗ ਸਾਰੀ ਰਾਤ ਗਾਉਣਾ 8-8 ਘੰਟੇ ਗਾਉਣਾ ਕਵਾਲੀ ਵਾਲਿਆਂ ਨਾਲ ਤਾੜੀਆਂ ਵੀ ਪਾਉਣੀਆਂ ਫਿਰ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਵੀ ਮੈਨੂੰ ਕੋਈ ਵਧੀਆ ਪਲੇਟਫਾਰਮ ਮਿਲੇ ਮੈਂ ਘਰ ਛੱਡਿਆ ਹੈ ਜੀ ਆਪਣੇ ਦਾਦਕੇ ਦਾ ਘਰ ਛੱਡਣ ਤੋਂ ਬਾਅਦ ਮੈਂ ਇੱਥੇ ਪਹੁੰਚਿਆ ਚੰਡੀਗੜ੍ਹ ਜੋ ਕਿ ਮੈਨੂੰ ਇੱਕ ਫੈਸਟੀਵਲ ਦੇ ਵਿੱਚ ਮੈਂ ਮਿਲੇ ਸੀ ਹਰਿੰਦਰ ਕੌਰ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਤੂੰ ਇੱਥੇ ਆ ਵੀ ਤੇਰਾ ਅਸੀਂ ਕੁਝ ਕਰਦੇ ਆ ਔਰ ਮੇਰੀ 10th ਕਲੀਅਰ ਹੀ ਹੋਈ ਸੀ ਉਸ ਟਾਈਮ ਕਰਦਾ ਕਰਾਉਂਦਾ ਕਰਦਾ ਕਰੋਂਦਾ ਕਿਵੇਂ ਨਾ ਕਰਕੇ ਕਰਾਇਆ ਫੜ ਕੇ ਕਰੋ ਗੱਲ ਕਰਕੇ ਮੇਰੇ ਘਰ ਦੇ ਨਹੀਂ ਮੰਨੇ ਮੇਰੇ ਤਾਇਆ ਜੀ ਦੇ ਬੇਟੇ ਨਹੀਂ ਮੰਨੇ ਉਹ ਮੈਨੂੰ ਗੁੱਸੇ ਹੋਗੇ ਬਿਲਕੁਲ ਉਹਾਂ ਦੇ ਵੀ ਤੂੰ ਇਹ ਕੀ ਕਰ ਰਿਹਾ ਕਿੱਧਰ ਜਾ ਰਿਹਾ ਇਹ ਤੇਰੀ ਲਾਈਫ ਨਹੀਂ ਆ ਇਹ ਤੇਰੀ ਜ਼ਿੰਦਗੀ ਨਹੀਂ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਵੀ ਕਸੂਰ ਨੇ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਬੋਲ ਲੰਮਾ ਚੌੜਾ ਸਟਰਗਲ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਚਾਹੀਦਾ ਜੇ ਪੈਸਾ ਹੋਊ ਤਾਂ ਇਨਸਾਨ ਸਿੰਗਰ ਬਣ ਸਕਦਾ ਉਸ ਤੋਂ ਬਾਅਦ ਕਰਦੇ ਕਰਾਉਂਦੇ ਜੀ ਮੈਂ ਪਲੱਸ 2 ਕਲੀਅਰ ਕੀਤੀ ਪਲਸ 2 ਤੋਂ ਬਾਅਦ ਮੈਂ ਆਇਆ ਡੀਵੀ ਕਾਲਜ ਦੇ ਵਿੱਚ ਔਰ ਡੀਵੀ ਕਾਲਜ ਦੇ ਵਿੱਚ ਆਇਆ ਤਾਂ ਮੈਂ ਪੜ੍ਹਨ ਸੀਗਾ ਜੀ ਇੱਕ ਮੈਨੂੰ ਐਸਾ ਇਨਸਾਨ ਮਿਲਿਆ ਜੋ ਕਹਿੰਦਾ ਸੀ ਮੈਂ ਤੈਨੂੰ ਹਣੀ ਸਿੰਘ ਦੇ ਬਰਾਬਰ ਖੜਾ ਦੂੰ ਮੈਂ ਤੈਨੂੰ ਇਦਾਂ ਕਰਦਾ ਮੈਂ ਤੈਨੂੰ ਇਦਾਂ ਕਰਦਾ ਉਹਨੇ ਮੇਰੇ ਨਾਲ ਕਰ ਕਰਾ ਕੇ ਜੀ 5 ਸਾਲ ਦਾ ਐਗਰੀਮੈਂਟ ਕਰ ਲਿਆ ਉਹਨੇ 5 ਸਾਲ ਦਾ ਐਗਰੀਮੈਂਟ ਕਰਕੇ ਕਰੇ ਬੈਠ ਗਿਆ ਔਰ ਮੈਨੂੰ ਕਹਿੰਦਾ ਵੀ ਤੂੰ ਸਟੇਜਾਂ ਤੋਂ ਕਮਾ ਪੈਸੇ ਕਮਾ ਕੇ ਲੈ ਕੇ ਆ ਆਪਾਂ ਤੇ ਰਟ੍ਰੈਕ ਕਰਾਂਗੇ ਜਦ ਮੇਰਾ ਕੋਈ ਟਰੈਕ ਹੀ ਨਹੀਂ ਆਇਆ ਹੋਇਆ ਤਾਂ ਮੈਂ ਕਿੱਥੋਂ ਲੈ ਗਿਆ ਹਾਂ ਮੈਂ ਉਹਨੂੰ ਕਹਿਦਾ ਰਿਹਾ ਕਾਫੀ ਭਾਜੀ ਵੀ ਮੇਰੀ ਵੀਡੀਓ ਕਰ ਦੋ ਕੋਈ ਆਡੀਓ ਕਰ ਦੋ ਉਹਨੇ ਇੱਕ ਦੋ ਆਡੀਓ ਕਰਕੇ ਰੱਖੇ ਬਟ ਉਹ ਵੀ ਮੇਰੇ ਦੋਸਤਾਂ ਦੀ ਹੈਲਪ ਨਾਲ ਹੋਈ ਤੇ ਇੱਕ ਦਿਨ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਉਹਨੂੰ ਕਾਫੀ ਫੋਨ ਫਾਨ ਕੀਤੇ ਮੁੰਡੇ ਨੂੰ ਉਸ ਤੋਂ ਪਹਿਲਾਂ ਕਰਦਾ ਰਿਹਾ ਮੈਂ ਫੋਨ ਵੀ ਵੀਰੇ ਮੇਰਾ ਟਰੈਕ ਕਰ ਦੋ ਜਾ ਪਾ ਕੰਮ ਕਰ ਲਈ ਪਰ ਉਹਦਾ ਇੱਕੀ ਗੱਲ ਸੀਗੀ ਲਾਈਵ ਦੇ ਵਿੱਚੋਂ ਮੈਨੂੰ ਪੈਸੇ ਦਿਓ ਲਿਆ ਕੇ ਤਾਂ ਮੈਂ ਤੁਹਾਨੂੰ ਲਾਈਵ ਪ੍ਰੋਗਰਾਮ ਦੇ ਪੈਸੇ ਰੱਖ ਲੈਂਦਾ ਸੀ ਜਿਹਨੂੰ ਕਹਿੰਦੇ ਵੀ ਮੈਂ ਆਪਣੇ ਜੋਗੇ ਕਰਦਾ ਸੀ ਜਿਹੜੇ ਪਰ ਉਹ ਦਿਨ ਮੇਰੇ ਯਾਦ ਹੈ ਜਦੋਂ ਮੈਨੂੰ ਫੋਨ ਕਾਲ ਆਈ ਕਰੀ ਵੀ ਤੇਰਾ ਭਾਈ ਇੰਨੇ ਸਾਲ ਦਾ ਐਗਰੀਮੈਂਟ ਹੈ ਇਸ ਮੁੰਡੇ ਨਾਲ ਤੂੰ ਉਹਦੇ ਨਾਲ ਕੰਮ ਨਹੀਂ ਕਰ ਰਿਆ ਮੈਨੂੰ ਐਸਐਚਓ ਦਾ ਫੋਨ ਆਇਆ ਮੈਂ ਐਸਚੂ ਸਾਹਮਣਾ ਗੱਲ ਕੀਤੀ ਮੈਂ ਸਰ ਵੀ ਮੈਂ ਤਾਂ ਬਿਲਕੁਲ ਕੰਮ ਕਰਕੇ ਖੁਸ਼ ਐ ਜੀ ਬਟ ਇਹ ਨਹੀਂ ਕੰਮ ਕਰ ਰਹੀ ਐਸਚੂ ਦਾ ਕਹਿਣਾ ਸੀ ਵੀ ਤੂੰ ਜਿਹੜੇ ਇਹਨਾਂ ਦੇ ਪੈਸੇ ਲੱਗੇ ਉਹ ਵਾਪਿਸ ਕਰ ਦੇ ਵੀ ਜਦ ਕਿ ਉਹਨਾਂ ਦੇ ਪੈਸੇ ਲੱਗੇ ਹੀ ਨਹੀਂ ਮੈਂ ਵਾਪਿਸ ਕੀ ਕਰੂੰਗਾ ਮੈਂ ਬੜਾ ਸ਼ੌਕ ਹੋ ਗਿਆ ਮੈਂ ਟੈਨਸ਼ਨ ਦੇ ਵਿੱਚ ਹੋ ਗਿਆ ਜਿਹਦੋਂ ਮੈਂ ਲਵਾਇਆ ਹੀ ਨਹੀਂ ਉਹਦੇ ਪੈਸੇ ਤਾਂ ਉਹਨੂੰ ਮੈਂ ਦੱਸੂਗਾ ਵੀ ਕੀ ਵੀ ਦੇਊਗਾ ਵੀ ਕੀ ਪੈਸੇ ਕਰਦੇ ਕਰਾਉਂਦੇ ਜੀ ਮੈਂ ਫੋਨ ਕੱਟਿਆ ਬੜੀ ਟੈਨਸ਼ਨ ਚ ਮੈਨੂੰ ਆਦੇ ਵੀ ਤੁਸੀਂ ਹੁਣੇ ਪੇਸ਼ ਹੋ ਥਾਣੇ ਦੇ ਵਿੱਚ ਕਾਕਾ ਤੇਰੇ ਤੇ ਦਰਖਾਸਤ ਹੈ ਤਾਂ ਮੈਂ ਕੱਲਾ ਜਾਣਾ ਸੀ ਉਸ ਟਾਈਮ ਦੇ ਵਿੱਚ ਮੈਂ ਮੋਹਾਲੀ ਦੇ ਵਿੱਚ ਕੱਲਾ ਰਹਿੰਦਾ ਸੀ ਤੇ ਮੈਂ ਬੜੀ ਡਿਪਰੈਸ਼ਨ ਦੇ ਵਿੱਚ ਉਹ ਵੀ ਮੈਂ ਕਿਹਨੂੰ ਫੋਨ ਕਰਾਂ ਪਿੰਡ ਮੇਰੀ ਨਹੀਂ ਬੰਦੀ ਹੈਗੀ ਨਾਨਕੇ ਮੇਰੀ ਥੋੜੀ ਬੋਤੀ ਬੰਦੀ ਸੀ ਵੀ ਮੈਂ ਪਿੰਡ ਜੀ ਅੱਜ ਮੈਨੂੰ ਬੜੀ ਅਨਸਲਟ ਫੀਲ ਹੋਈ ਮੈਨੂੰ ਇਦਾਂ ਕਿ ਮੈਂ ਕਦੇ ਕੋਰਟ ਕਚੈਰੀਆਂ ਦੇ ਚੱਕਰ ਦੇ ਵਿੱਚ ਪਿਆ ਨਹੀਂ ਜਾਂ ਆਪਾਂ ਥਾਣੇ ਦੇ ਚੱਕਰ ਦੇ ਵਿੱਚ ਕਦੇ ਪਏ ਨਹੀਂ ਵੀ ਆਪਾਂ ਨੂੰ ਪੁਲਿਸ ਵਾਲਾ ਫਸਟ ਟਾਈਮ ਉਹ ਕਾਲ ਆਉਣੀ ਫਸਟ ਟਾਈਮ ਉਹ ਕਾਲ ਆਣੀ ਉਹ ਵੀ ਐਸ ਐਚਓ ਦੀ ਵੀ ਕੱਕਾ ਤੇਰੇ ਤੇ ਦਰਖਾਸਤ ਹੈ ਵੀ ਤੂੰ ਮੁੰਡੇ ਦਾ 4 ਤੋਂ 5 ਲੱਖ ਰੁਪਏ ਖਾ ਚੁੱਕਿਆ ਤੇ ਜਿਹੜੇ ਇਹਦੇ ਪੈਸੇ ਲੱਗਿਆ ਉਹ ਵਾਪਸ ਕਰ ਦੇ ਤਾਂ ਨਹੀਂ ਤੈਨੂੰ ਜੇਲ੍ਹ ਹੋਏਗੀ ਅੰਦਰ ਠੋਕਾਂਗੇ ਤੈਨੂੰ ਜਦੋਂ ਇਹ ਨਹੀਂ ਗੱਲ ਹੋਈ ਜੀ ਮੈਂ ਬੜਾ ਡਿਪਰੈਸ਼ਨ 'ਚ ਚੱਲ ਗਿਆ ਮੈਂ ਕਿਹਦੀ ਨਾਲ ਗੱਲ ਕਰਾਂ ਮੈਂ ਸਾਰੀ ਰਾਤ ਹੀ ਸੋਚਦਾ ਰਿਹਾ ਇਸ ਗੱਲ ਨੂੰ ਕਰਦੇ ਕਰਾਉਂਦੇ ਮੇਰੇ ਸੁਭਾ ਯਾਦ ਆਇਆ ਵੀ ਮੇਰਾ ਇੱਕ ਫਰੈਂਡ ਵੀ ਇੱਕ ਮੇਰਾ ਭਰਾ ਵੀ ਆ ਤੇ ਮੈਂ ਉਹਨੂੰ ਕਾਲ ਕੀਤੀ ਜੀ ਮੇਰਾ ਖਾਸ ਹੈ ਮੈਨੂੰ ਆਖਿਆ ਮ ਵੀਰੇ ਸ시ਕਾਲ ਜੀ ਮੇਰੀ ਇੱਕ ਬੇਨਤੀ ਹੈ ਵੀ ਅੱਜ ਇੱਕ ਮੈਂ ਬਹੁਤ ਵੱਡੇ ਚੱਕਰ ਦੇ ਵਿੱਚ ਫਸ ਗਿਆ ਹਾਂ ਔਰ ਮੈਨੂੰ ਇਸ ਬਾਰੇ ਬਿਲਕੁਲ ਨੌਲੇਜ ਨਹੀਂ ਇਹ ਵੀ ਮੈਂ ਅੱਗੇ ਕੀ ਕਰਾਂ ਉਹਦਾ ਵੀ ਕੋਈ ਗੱਲ ਨਹੀਂ ਰਵੀ ਸਲਮਾਨ ਤੂੰ ਮੈਨੂੰ ਦੱਸ ਤੈਨੂੰ ਕੀ ਪ੍ਰੋਬਲਮ ਹੈ ਮੈਂ ਕਿਹਾ ਵੀਰੇ ਵੀ ਮੈਨੂੰ ਇੱਕ ਸੱਚਾ ਦਾ ਫੋਨ ਆਇਆ ਔਰ ਮੈਨੂੰ ਐਦਾਂ ਕਹਿ ਰਹੇ ਸੀਗੇ ਵੀ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰੋ ਜਦਕਿ ਮੇਰਾ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਵੀ ਐਗਰੀਮੈਂਟ ਸਾਈਨ ਹੋਇਆ ਉਹਨਾਂ ਦਾ ਮੇਰਾ ਉਹਨਾਂ ਦੇ ਕੋਲੇ ਆ ਤੇ ਵੀ ਮੈਨੂੰ ਬਹੁਤ ਡਰ ਲੱਗ ਰਿਹਾ ਵੀ ਮੈਂ ਤਾਂ ਕੁਝ ਕਰਨ ਦਾ ਸੋਚ ਰਿਹਾ ਤੇ ਮੇਂ ਜ਼ਿੰਦਗੀ 'ਚ ਜਦੋਂ ਮੇਰੇ ਕੋਲੇ ਕਮਾਈ ਨਹੀਂ ਹੈ ਇੱਕ ਮੈਂ 2250 ਕਮਾਉਣ ਵਾਲਾ ਬੰਦਾ ਬਦ ਤੋਂ ਬਦ ਮੈਂ 500 ਰੁਪਏ ਕਿਸੇ ਮਗਰਕੋਸ ਤੇ ਕਮਾ ਰਿਆ ਇਸ ਟਾਈਮ ਤੇ ਮੈਂ ਇਹਨੇ ਪੈਸੇ ਕਿੱਥੋਂ ਵਾਪਸ ਕਰੂੰ ਮੇਰੀ ਤਾਂ ਰੋਟੀ ਮਸਾ ਚੱਲਦੀ ਆ ਮੈਨੂੰ ਕਿਸੇ ਕੋਲ ਸਪੋਰਟ ਨਹੀਂ ਆ ਕਰਦਿਆ ਦੀ ਜਗ ਨਾਨਕਾ ਦੀ ਜਾਂ ਹੋਰ ਕਿਉਂਕਿ ਮੇਰੀ ਨਾਨੀ ਜੀ ਗੁਜ਼ਰ ਗਈ ਸੀ ਉਸ ਟਾਈਮ ਕੁਝ ਵੀ ਮੰਨ ਕੇ ਮੇਰਾ ਕੋਈ ਵੀ ਨਹੀਂ ਸੀਗਾ ਤੇ ਉਹ ਮੈਨੂੰ ਜੀ ਲੈ ਕੇ ਗਿਆ ਉਹਨੇ ਮੈਨੂੰ ਸੱਦਿਆ ਉਹਨੇ ਵੀ ਤੂੰ ਆਪਣੇ ਪਿੰਡ ਆ ਇੱਥੇ ਮੈਂ ਤੇਰੇ ਨਾਲ ਚੱਲਦਾ ਉਸ ਇਨਸਾਨ ਦਾ ਮੈਂ ਕਦੇ ਸਹਾਨੀ ਨਹੀਂ ਦੇ ਸਕਦਾ ਜੀ ਉਹ ਮੈਨੂੰ ਆਪਣੇ ਨਾਲ ਸਰਪੰਚ ਨੂੰ ਲੈ ਕੇ ਮੇਰੇ ਨਾਲ ਕਿਹਾ ਤੂੰ ਦੋ ਤਿੰਨ ਹੋਰ ਬੰਦੇ ਲੈ ਕੇ ਉਹ ਮੈਨੂੰ ਨਾਲ ਜਾ ਕੇ ਉਹਨੂੰ ਵੀ ਤੂੰ ਡਰਨਾ ਨਹੀਂ ਆਪਾਂ ਉਹਨਾਂ ਨੂੰ ਮਿਲਾਂਗੇ ਤੂੰ ਡਰਨਾ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜੀ ਜਦੋਂ ਇੰਨੀ ਗੱਲ ਹੋਈ ਜੀ ਮੈਂ ਉਹ ਮੈਨੂੰ ਨਾਲ ਲੈ ਕੇ ਚੱਲ ਗਈ ਅਸੀਂ ਉੱਥੇ ਜਾ ਕੇ ਮਿਲੇ ਜੀ ਜਦੋਂ ਮਿਲੇ ਤਾਂ ਮੈਂ ਮੈਨੂੰ ਡਰ ਨਹੀਂ ਸੀ ਮੈਂ ਸਾਹਮਣਾ ਕਿੱਦਾਂ ਕਰਾਂ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਿਆ ਉਹਨਾਂ ਨਾਲ ਵੀ 10 12 ਬੰਦੇ ਉਹ ਪੂਰਾ ਮੈਨੂੰ ਧੋਸ ਦਿਖਾਵੇ ਆਪਣੀ ਧੋਸ ਦਿਖਾਵੇ ਮੈਂ ਐਗਰੀਮੈਂਟ ਕੀਤਾ ਵਾ ਮੈਂ ਛੱਡਦਾ ਨਹੀਂ ਤੈਨੂੰ ਐਗਰੀਮੈਂਟ ਤੋਂ ਬਿਨਾ ਮੈਂ ਤੇਰੇ ਨਾਲ ਐਂ ਕਰ ਦੂੰ ਮੈਂ ਕਰ ਦੂੰ ਤੇਰੀ ਜ਼ਿੰਦਗੀ ਰੋਲ ਦੂੰ 5 ਸਾਲ ਤੋਂ ਮੇਰੇ ਤੋਂ ਬਿਨਾ ਗਾ ਕੇ ਦਿਖਾਈ ਕਿ ਮੇਰੇ ਉਸ ਟਾਈਮ ਮੈਂ ਹੋਰ ਜ਼ਿਆਦਾ ਫਰਸਟ੍ਰੇਟ ਹੋ ਗਿਆ ਇੱਕ ਦੇਖਦੇ ਨਾ ਇੱਕ ਤਾਂ ਦੂਰੋਂ ਗੱਲ ਕਰਨੀ ਫੋਨ ਤੇ ਗੱਲ ਕਰਨੀ ਅਲੱਗ ਫੀਲ ਹੁੰਦਾ ਪਰ ਜਦੋਂ ਬੰਦਾ ਬੰਦੇ ਦੇ ਸਾਹਮਣੇ ਆਏ ਤਾਂ ਉਹਦਾ ਫੀਲ ਹੀ ਚੇਂਜ ਜਿਹਦੇ ਨਾਲ ਲੜਾਈ ਹੋਈ ਹੋਵੇ ਜਿਹਦੇ ਨਾਲ ਆਪਣਾ ਐਡਾ ਚੱਕਰ ਪੈਂਦਾ ਹੋਵੇ ਉਹਦੇ ਆਪਾਂ ਜਦੋਂ ਮੱਥੇ ਲੱਗਦੇ ਉਹਦਾ ਕੁਝ ਫੀਲ ਉਹਦਾਂ ਦਾ ਹੋ ਜਾਂਦਾ ਨਾ ਵੀ ਬੰਦੇ ਨੂੰ ਗੱਲ ਵੀ ਨਹੀਂ ਆਉਂਦੀ ਨਿੱਕਰਾਂ ਵੀ ਕੀ ਮੈਂ ਉਹਨੇ ਮੇਰੇ ਮੋਢੇ ਤੇ ਆਤਰਿਆ ਮੇਰੇ ਨਾਲ ਦੇ ਦੋਸਤ ਨੇ ਵੀਰੇ ਭਰਾਣੇ ਆ ਟੈਨਸ਼ਨ ਨਹੀਂ ਲੈਣੀ ਅਸੀਂ ਖੜਿਆਂ ਤੂੰ ਗੱਲ ਕਰ ਜਦ ਸਾਨੂੰ ਬਿਠਾਇਆ ਗਿਆ ਉਹਦੀ ਉਹੀ ਗੱਲ ਸੀਗੇ ਮੇਰੇ ਜਿਹੜੇ ਪੈਸੇ ਲੱਗੇ ਜੀ ਵਾਪਸ ਕਰ ਦੋ ਬਲਕਿ ਉਹਦੇ ਪੈਸੇ ਲੱਗੇ ਨਹੀਂ ਮੇਰੇ ਦੋਸਤਾਂ ਨੇ ਹੈਲਪ ਕੀਤੀ ਸੀ ਕੋਈ ਉਹਦੇ ਖਾਸ ਪੈਸੇ ਨਹੀਂ ਲੱਗੇ ਜੇ ਹੁਣ ਬੰਦਾ ਰੋਟੀ ਖਾ ਕੇ ਇੱਥੇ ਰਹਿ ਕੇ ਕਹੇ ਦੇ ਵੀ ਮੈਂ ਰੋਟੀ ਖਾਧੀ ਆ ਤੇਰੇ ਨਾਲ ਤੇ ਮੈਨੂੰ ਉਹਦੇ ਪੈਸੇ ਵਾਪਸ ਕਰੋ ਆਪ ਹੀ ਬੰਦਾ ਖਰਚਾ ਕਰਕੇ ਕਹੇ ਦੇ ਤਾਂ ਉਹਦਾ ਕੋਈ ਮਤਲਬ ਨਹੀਂ ਨਾ ਬੰਦ ਤੇ ਉਹ ਉਹ ਜੀਆਂ ਗੱਲਾਂ ਉਹਨੇ ਮੇਰੇ ਨਾਲ ਕੀਤੀਆਂ ਜਿਹਨੂੰ ਚੀਪ ਗੱਲਾਂ ਕਹਿ ਦਿੰਦੇ ਆ ਤੇ ਮੈਨੂੰ ਜਦੋਂ ਐਸ ਐਚਓ ਸਾਹਿਬ ਦੇ ਅਸੀਂ ਪੇਸ਼ ਹੋਏ ਜਾ ਕੇ ਗੱਲ ਕੀਤੀ ਜੀ ਤਾਂ ਉਹਨਾਂ ਨੇ ਮੈਨੂੰ ਕੀ ਕਿਹਾ ਉਹਦਾ ਬੇਟਾ ਬੜੇ ਮਤਲਬ ਕੇ ਬੰਦਿਆਂ ਨੂੰ ਦੇਖ ਕੇ ਉਹਨਾਂ ਨੇ ਪੂਰੇ ਤਰੀਕੇ ਨਾਲ ਗੱਲ ਕੀਤੀ ਹੰਦੇ ਦੱਸੋ ਬੇਟਾ ਵੀ ਤੁਸੀਂ ਕਿੰਨੇ ਪੈਸੇ ਦੇਣੇ ਆ ਇਹਦੇ ਜਿਹੜੇ ਵੀ ਦੇਣੇ ਇਹਦੇ ਕੋਲੇ ਐਗਰੀਮੈਂਟ ਪਿਆ ਉਹ ਕਾਰ ਨਹੀਂ ਸੀ ਵੀ ਹੁਣੇ ਮੇਰੇ ਖਾਲੀ ਪੰਨੇ ਤੇ ਸਾਈਨ ਕਰਵਾਏ ਹੋਏ ਸੀ ਇੱਕ ਜਦੋਂ ਐਗਰੀਮੈਂਟ ਸਾਈਨ ਕਰਦੇ ਉਹ ਖਾਲੀ ਪੰਨੇ ਤੇ ਸਾਈਨ ਕਰ ਉਹਦੇ ਉੱਤੇ ਉਹਨੇ ਸਟੈਂਪ ਲਵਾ ਕੇ ਭਰਾ ਹੋਇਆ ਸੀ ਵੀ 4.5 ਲੱਖ ਰੁਪਏ ਮੇਰੇ ਤੋਂ ਨਗਦ ਲੈ ਕੇ ਗਿਆ ਤੇ ਮੈਂ ਵੀ ਜੀ ਮੇਰੇ ਵੀ ਦਿਮਾਗ ਕੰਮ ਕੀਤਾ ਮੈਂ 4.5 ਲੱਖ ਰੁਪਏ ਜਦੋਂ ਤੁਹਾਡੇ ਤੋਂ ਨਗਦ ਲਿਆ ਵੀ ਤੁਸੀਂ ਵੀ ਰਾਸ਼ੀ ਕਿਦੋਂ ਕਢਵਾਈ ਹੋਣੀ ਆ ਤੋ ਰਾਸ਼ੀ ਮੈਨੂੰ ਦਿਖਾਓ ਬੈਂਕ ਦੇ ਵਿੱਚੋਂ ਜਿਹੜੇ ਵੀ ਬੰਦੇ ਤੋਂ ਫੜਿਆ ਇਹਨੇ ਤਾਂ ਆਪਾਂ ਪੈਸੇ ਕੈਸ਼ ਕਰੇ ਰੱਖ ਹੀ ਨਹੀਂ ਸਕਦੇ ਕੋਈ ਚੀਜ਼ ਵਿੱਚ ਹੀ ਹੋਣੀ ਆ ਕੁਝ ਵੀ ਕੀਤਾ ਹੋਣਾ ਤਾਂ ਉਹਦੇ ਕੋਲ ਕੋਈ ਐਵੀਡੈਂਸ ਨਹੀਂ ਸੀ ਤਾਂ ਜਿਹਦੇ ਵਿੱਚ ਮੇਰੀ ਸਪੋਰਟ ਕੀਤੀ ਉਹਨਾਂ ਨੇ ਤਾਂ ਮੈਂ ਕਾਫੀ ਟਾਈਮ ਵੀ 5 ਸਾਲ ਮੈਨੂੰ ਮੈਂ ਚੱਲ ਗਿਆ ਉਹਨਾਂ ਦੀ ਕੋਈ ਗੱਲ ਨਹੀਂ ਹੋਣੀ ਤੈਨੂੰ ਜਦੋਂ ਤੁਹਾਡੇ ਕੋਲ ਐਵੀਡੈਂਸ ਹੋਣਗੇ ਉਦੋਂ ਮਿਲਿਓ ਜਿੱਦਾਂ ਕਹਿ ਦਿੰਦੇ ਆ ਵੀ ਠੀਕ ਆ ਆਪਾਂ ਮਿਲਾਂਗੇ ਪਰ ਉਹਦੇ ਕੋਲ ਐਵੀਡੈਂਸ ਨਹੀਂ ਸੀ ਫਿਰ ਵੀ ਮੈਂ ਡਰਦਾ ਰਹਾ ਮੈਂ ਟਰੈਕ ਨਹੀਂ ਕੀਤਾ 5 ਸਾਲ ਮੈਂ ਆਪਣੀ ਜ਼ਿੰਦਗੀ ਦੇ 5 ਸਾਲ ਇੱਕ ਕੁਝ ਸੜਤੇ ਔਰ ਮੈਨੂੰ ਥੋੜਾ ਆਉਂਦੇ ਸੀ ਵੀ ਮੈਂ ਖੁਦ ਖੁਸ਼ੀ ਕਰ ਲਾਂ ਔਰ 5 ਸਾਲਾਂ ਬਾਅਦ ਕੁਝ ਐਸਾ ਮੋੜ ਆਇਆ ਐਸਾ ਮੋੜ ਆਇਆ ਵੀ ਮੈਂ ਵਾਪਸ ਚਲ ਗਿਆ ਆਪਣੇ ਘਰ ਨਾਨਕਾ ਦੇ ਇੱਕ ਗੱਲ ਨੋਟ ਕਰੋ ਜਿਹਨੇ ਬੁਰਾ ਵਕਤ ਦੇਖਿਆ ਉਹ ਕਦੇ ਕਿਸੇ ਤੇ ਬੁਰਾ ਨਹੀਂ ਕਰਦਾ ਤੇ ਜਿਹਨੇ ਬੁਰਾ ਨਾ ਦੇਖਿਆ ਹੋਵੇ ਉਹ ਕਰਦੇ ਗੱਲ ਅਲੱਗ ਹੈ ਬਟ ਮੈਂ ਚੀਜ਼ ਦੇਖੀ ਸੀਗੀ ਕਿਉਂਕਿ ਮੈਂ ਫਾਦਰ ਸਾਹਿਬ ਵਾਲੀ ਆਪਣੀ ਗੱਲ ਦੇਖੀ ਸੀਗੀ ਵੀ ਮੈਂ ਕਿੱਦਾਂ ਪਲਿਆ ਰੋਲ ਖੁੱਲ ਕੇ ਪਲਿਆ ਕਿੰਨਾ ਸਟਰਗਲ ਕਰਨ ਤੋਂ ਬਾਅਦ ਅੱਛਾ ਜੀ ਕੋਈ ਟਾਈਮ ਐਸਾ ਆ ਗਿਆ ਸੀਗਾ ਵੀ ਮੇਰੇ ਰਿਸ਼ਤੇਦਾਰਾਂ ਕੋਲੇ ਗੱਡੀ ਵੀ ਖੜੀ ਸੀ ਸਕੂਟਰੀ ਵੀ ਖੜੀ ਸੀ ਤੇ ਬਾਈਕ ਵੀ ਖੜੀ ਸੀ ਤੇ ਮੇਰਾ ਪ੍ਰੋਗਰਾਮ ਸੀ ਛੋਟਾ ਜਿਹਾ ਜਾਗਰਣ ਲਾਉਣ ਜਾਣਾ ਸੀ ਮੈਂ ਗਿੱਦੜਵਾ ਮੰਡੀ ਤੇ ਮੈਂ ਲੇਟ ਹੋ ਗਿਆ ਮੈਂ ਆਪਣੇ ਨਾਨਕਿਆ ਤੋਂ ਗਿੱਦੜਵਾ ਮੰਡੀ ਤੱਕ ਤੁਰ ਕੇ ਗਿਆ ਸੀ ਮੈਨੂੰ ਕਿਸੇ ਨੇ ਸਾਈਕਲ ਵੀ ਨਹੀਂ ਦਿੱਤਾ ਸੀ ਉਹ ਜਾਗਰਨ ਤੋਂ ਲੈ ਕੇ ਤੇ ਅੱਜ ਦੀ ਜ਼ਿੰਦਗੀ ਮੈਂ ਤੁਹਾਨੂੰ ਦੱਸਦਾ ਉਸ ਟਾਈਮ ਮੇਰੇ ਕੋਲ ਸਾਈਕਲ ਨਹੀਂ ਸੀ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਮੇਰੇ ਕੋਲੇ ਗੱਡੀ ਹੈ ਜਸਟ ਟਾਈਮ ਮੇਰੇ ਕੋਲ ਇੱਕ ਕਮਰਾ ਸੀ ਜਸਟ ਟਾਈਮ ਮੇਰੇ ਕੋਲੇ ਕੋਈ ਜਗ੍ਹਾ ਨਹੀਂ ਸੀ ਪੈਣ ਨੂੰ ਮੈਂ ਬਾਹਰ ਵੀ ਪੈਂਦਾ ਰਿਆ ਲੋਕਾਂ ਕੋਲੇ ਵੀ ਰਾਤਾਂ ਕੱਟੀਆਂ ਉਹ ਅੱਜ ਮੇਰੇ ਕੋਲੇ ਬਾਬਾ ਜੀ ਦੀ ਕਿਰਪਾ ਨਾਲ ਫਲੈਟ ਹੈ ਜਿਸ ਟਾਈਮ ਮੇਰੇ ਕੋਲੇ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਰਾਸ਼ਨ ਘਰੇ ਖੁੱਲਾ ਸਭ ਕੁਝ ਉਸ ਦਾਤਾ ਜੀ ਨੇ ਦਿੱਤਾ ਅੱਜ ਮੈਨੂੰ ਨਾਮ ਮਿਲਿਆ ਮੈਨੂੰ ਫੇਮ ਮਿਲਿਆ ਅੱਜ ਮੇਰਾ ਸੌਂਗ ਰਿਲੀਜ਼ ਹੋਇਆ ਲਾਮਾ ਜਿਹੜਾ ਥੋੜੇ ਦਿਨ ਪਹਿਲਾਂ ਰਿਲੀਜ਼ ਹੋਇਆ ਮੇਰਾ ਗੀਤ ਸੌਂਗ ਲਾਮਾ ਉਹਦੇ ਵਿੱਚ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਹੀ ਵਧੀਆ ਮੇਰਾ ਰਿਸਪੌਂਸ ਰਿਹਾ ਤੇ ਮੈਂ ਉਹ ਦਿਨ ਯਾਦ ਕਰਦਾ ਤੇ ਅੱਜ ਦੇ ਦਿਨ ਯਾਦ ਕਰਦਾ ਮਿਹਨਤ ਦਾ ਫਲ ਮੈਂ ਇੱਕੀ ਗੱਲ ਕਹਿਣਾ ਚਾਹਣਾ ਵੀ ਜਿਹੜੀ ਮਿਹਨਤ ਹੈ ਇਹਦਾ ਫਲ ਬਹੁਤ ਮਿੱਠਾ ਹੁੰਦਾ ਜਿੰਨੇ ਵੀ ਇਸ ਲਾਈਨ ਦੇ ਵਿੱਚ ਸਿੰਗਰ ਆਉਣਾ ਚਾਹੁੰਦੇ ਨੇ ਜਾਂ ਆ ਚੁੱਕੇ ਨੇ ਜਾਂ ਸਟਰਗਲ ਦੇ ਵਿੱਚ ਨੇ ਉਹ ਮਿਹਨਤ ਕਰਦੇ ਰਹਿਣ ਪਰ ਚੰਗੇ ਲੋਕਾਂ ਨਾਲ ਮਿਹਨਤ ਕਰਨ ਬੁਰੇ ਲੋਕਾਂ ਤੋਂ ਬਚਨ ਮਿਹਨਤ ਕਰਦੇ ਰਹਿਣਗੇ ਤਾਂ ਇੱਕ ਦਿਨ ਰਸਤੇ ਚੱਲਦੇ ਚੱਲਦੇ ਮੰਜ਼ਲ ਜ਼ਰੂਰ ਆਉਂਦੀ ਆ ਔਰ ਰੱਬ ਮੌਕਾ ਸਭ ਨੂੰ ਦਿੰਦਾ ਮੌਕਾ ਸਮਹਾਲਣਾ ਤੇ ਨਹੀਂ ਸਮਹਾਲਣਾ ਇਹ ਬੰਦੇ ਦੇ ਵਸ ਹੁੰਦਾ ਔਰ ਨੰਬਰ 2 ਮੈਂ ਬੇਨਤੀ ਕਰਨਾ ਚਾਹਣਾ ਔਰ ਮੈਂ ਇੱਕ ਮੈਸੇਜ ਦੇਣਾ ਚਾਹਣਾ ਵੀ ਜਿਹੜੇ ਨਵੇਂ ਮੁੰਡੇ ਇੰਡਸਟਰੀ ਦੇ ਵਿੱਚ ਆਉਂਦੇ ਨੇ ਉਹ ਸਾਈਨ ਕਰਨ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਆਪਣੇ ਵੱਡੇ ਦੋਸਤਾਂ ਮਿੱਤਰਾਂ ਨਾਲ ਇੱਕ ਵਾਰੀ ਜ਼ਰੂਰ ਸੋਚਣ ਉਹਨੂੰ ਧਿਆਨ ਨਾਲ ਪੜ੍ਹਨ ਵੀ ਇਹ ਮੈਂ ਕਰਾਂ ਜਾਂ ਨਾ ਕਰਾਂ ਕਿ ਕਿ ਲਾਈਫ ਦੇ ਡਿਸੀਜਨ ਹੁੰਦਾ ਬਹੁਤ ਵੱਡੀ ਗੱਲ ਹੁੰਦਾ ਬੌਂਡ ਹੋਣਾ ਵਿਕ ਜਾਣਾ ਜਦੋਂ ਕਿਸੇ ਦੇ ਹੱਥ ਡੋਰ ਹੋ ਜੇ ਵਿਕਣਾ ਨਹੀਂ ਚਾਹੀਦਾ ਵਿਕਣ ਤੋਂ ਪਹਿਲਾਂ ਉਹਦਾ ਜਿਹੜਾ ਜਿਹਦੇ ਕੋਲ ਆਪਾਂ ਵਿਕ ਰਹੇ ਆ ਉਸਦੇ ਉਹਦਾ ਵਜਨ ਦੇਖੋ ਉਹਦਾ ਤੋਲ ਦੇਖੋ ਵੀ ਕਿੰਦਾ ਉਹ ਆਪਣਾ ਕੁਝ ਕਰ ਸਕਦਾ ਹੈ ਨਹੀਂ ਤੇ ਫੇਕ ਲੋਕਾਂ ਤੋਂ ਬਚੋ ਤੇ ਜਿੰਨੇ ਵੀ ਇੰਡਸਟਰੀ ਦੇ ਵਿੱਚ ਮੈਂ ਕਹਿਣਾ ਵੀ ਐਦਾਂ ਦੀ ਸੋਚ ਰੱਖਦੇ ਨੇ ਉਹਨਾਂ ਨੂੰ ਮੈਂ ਸੰਦੇਸ਼ ਚ ਦੇਣਾ ਚਾਹਣਾ ਵੀ ਰੱਬ ਤੋਂ ਡਰੋ ਐਦਾਂ ਦਾ ਕਦੇ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਰੱਬ ਹੈ ਉਹ ਸਭ ਦਾ ਦੇਖਦਾ ਹੈ ਜੋ ਲਖਤੀ ਕਰਤਾਰ ਕਰਤਾਰ ਦੇਖਦਾ ਲਖਣ ਦਾ ਮਤਲਬ ਹੁੰਦਾ ਵੇਖਣਾ ਉਹ ਕਰਤਾਰ ਦੇਖਦਾ ਪਰ ਜਿਸ ਦਿਨ ਉਹ ਫਾਈਲ ਚੱਕ ਲੈਂਦਾ ਉਹ ਸਾਰਾ ਸਾਥ ਦਾ ਕਰ ਦਿੰਦਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ